ਮੈਂ ਕਹਿ ਹੀ ਸਕਦੀ ਹਾਂ, ਮੈਂ ਕਰਵਾ ਨਹੀਂ ਸਕਦੀ। ਸੈਂਟਰ ਦੇ ਵਿੱਚ ਜੋ ਮੈਂ ਕਰਵਾ ਸਕਦੀ ਸੀ ਮੈਨੇ ਕਰਵਾਇਆ, ਔਰ ਜੋ ਸੈਂਟਰ ਕਰ ਸਕਦਾ ਉਹ ਸੈਂਟਰ ਕਰੂਗਾ। ਕਿ ਜਿਹੜੇ 2 ਸਾਲ ਤੋਂ ਬਾਅਦ ਇਹ ਲੋਕ ਜਾ ਕੇ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ ਨਵੀਂ ਰਿਸ਼ਤੇਦਾਰੀ ਬਣਾਈ ਹੈ ਅਤੇ ਨਵੀਆਂ ਗੱਲਾਂ ਕਰਨ ਲੱਗੇ ਆ, ਇਹਨਾਂ ਨੇ ਤਾਂ ਆਪਣਾ ਪੱਖ ਮਹਾਰਾਣੀ ਸਾਹਿਬ ਨੇ ਅਤੇ ਇਲਾਕਿਆਂ ਨਿਵਾਸੀਆਂ ਨੇ ਆਪਣਾ ਰੱਖਿਆ। 2 ਸਾਲ ਇਹਨਾਂ ਦੇ ਵਿੱਚੋਂ ਕਦੇ ਕਿਸੇ ਨੇ ਗੱਲ ਕੀਤੀ, ਕਦੇ ਕੋਈ ਕਿਸੇ ਨੂੰ ਮਿਲਿਆ, ਕਦੇ ਇਹਨਾਂ ਕੋਲ ਸਾਰੇ ਰਿਕਾਰਡ ਹੈ, ਚਿੱਠੀਆਂ ਹੈ। ਅਤੇ ਮੈਂ ਸਿਰਫ ਬੇਨਤੀ ਇੰਨੀ ਕਰਨਾ ਚਾਹੁੰਦਾ ਕਿ ਪਹਿਲਾਂ ਇਹ ਲੋਕ ਦੁਖੀ ਆ, ਇੰਤਕਾਲ ਇਹਨਾਂ ਦੇ ਪਹਿਲਾਂ ਚੜ ਗਏ, ਪ੍ਰੋਪਰਟੀ ਟ੍ਰਾਂਸਫਰ ਹੋ ਗਈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਜੱਸੋਵਾਲ ਫਿਲਿੰਗ ਸਟੇਸ਼ਨ ਪਟਿਆਲਾ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ 24 ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ। ਅਤੇ ਪਟਿਆਲਾ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਭੂਮਿਕਾ ਨਹੀਂ ਪਾਈ ਸੀ ਤਰੀਕੇ ਨਾਲ, ਅਤੇ ਜਿਸ ਕਰਕੇ ਅੱਜ ਵੀ ਇਹ ਮਾਮਲਾ ਲਟਕਿਆ ਪਿਆ। ਅਤੇ ਸੈਂਟਰ ਸਰਕਾਰ ਦੇ ਵੱਲੋਂ ਬਾਈਪਾਸ ਮਾਮਲੇ ਦੇ ਵਿੱਚ ਜੋ ਪੈਸੇ ਬਣਦੇ ਹੈ ਉਹ ਦੇਣ ਦੀ ਗੱਲ ਪਹਿਲਾਂ ਵੀ ਆਖੀ ਗਈ ਸੀ, ਪਰ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕੋਈ ਠੋਸ ਕਦਮ ਨਹੀਂ ਚੱਕਿਆ ਗਿਆ। ਕਿਉਂਕਿ ਜਦੋਂ ਕੈਪਟਨ ਸਰਕਾਰ ਦੀ ਸੀ ਤਾਂ ਇਹ ਮਾਮਲਾ ਆਇਆ ਸੀ, ਜਿਸ ਦੇ ਵਿੱਚ ਅਸੀਂ ਇਹਨਾਂ ਦੀਆਂ ਗੱਲ ਕਟੜੀ ਸਾਹਿਬ ਨਾਲ ਕਰਵਾਈ ਸੀ। ਅਤੇ ਸੈਂਟਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜੋ ਸਾਡੇ ਬਣਦੇ ਪਏ ਹੈ ਅਸੀਂ ਦੇ ਰਹੇ ਹਾਂ, ਪਰ ਉਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣੇ ਅਤੇ ਇਹ ਮਾਮਲਾ ਲਟਕ ਗਿਆ। ਅਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ, ਹਾਈਕੋਰਟ 'ਚ ਮਾਮਲਾ ਚਲੇ ਗਿਆ। ਅਤੇ ਹੁਣ ਇਸ ਮਾਮਲੇ ਦੀ ਸਿਆਸਤ 'ਚ ਜੋ ਕੀਤੀ ਜਾ ਰਹੀ ਹੈ ਉਹ ਠੀਕ ਨਹੀਂ ਹੈ। ਪਰ ਜੋ ਵੀ ਪਿੰਡਾਂ ਦੇ ਲੋਕਾਂ ਦਾ ਕੀ ਕਸੂਰ ਹੈ ਉਹ ਉਹਨਾਂ ਨੂੰ ਗੁੰਮਰਾਹ ਜ਼ਰੂਰ ਕੀਤਾ ਜਾ ਰਿਹਾ। ਇਸ ਮੌਕੇ 'ਤੇ ਕੀ ਜਾਣਕਾਰੀ ਮਿਲਦੀ ਹੈ, ਤੁਸੀਂ ਆਪ ਸੁਣੋ। ਕੀਤੀ ਕਿ ਇਹਦੇ ਉੱਤੇ ਸਿਆਸੀ ਰੋਟੀਆਂ ਸੇਕਣ, ਔਰ ਇਹਦੇ ਵਿੱਚ ਇਹ ਬਿਲਕੁਲ ਗਲਤ ਗੱਲ ਹੈ। ਨਾ ਕੋਈ ਕਿਸੇ ਨੂੰ ਸਿਆਸੀ ਰੋਟੀ ਇਸ 'ਤੇ ਸੇਕਣੀ ਚਾਹੀਦੀ ਹੈ। ਇਹ ਲੋਕਤੰਤਰ ਹੈ, ਇਹਨਾਂ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਇਹ ਵੋਟ ਪਾਉਣ। ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਦ ਸਾਡੇ ਉੱਤੇ ਕੋਈ ਜ਼ਿੰਮੇਵਾਰੀ ਹੈ। ਮੇਰੇ ਕੋਲ ਜ਼ਿੰਮੇਵਾਰੀ ਸੀ ਕਿ ਮੈਂ ਮੈਂਬਰ ਪਾਰਲੀਮੈਂਟ ਸੀ, ਮੇਰੇ ਕੋਲ ਆਏ, ਮੈਂ ਜੋ ਮੈਥੋਂ ਹੋ ਸਕਿਆ ਸੀ ਮੈਂ ਕਰਵਾਇਆ। ਅੱਗੇ ਨੂੰ ਇਹ ਹੁਣ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਜਿਹੜੀ ਬਦਲੀ ਹੈ ਉਹਨਾਂ ਦੇ ਦਾਇਰੇ ਦੇ ਵਿੱਚ ਆ ਗਈ ਕਿ ਉਹਨਾਂ ਨੇ ਇਹਦਾ ਅਵਾਰਡ ਦੇਣਾ। ਮੈਂ ਤਾਂ ਪ੍ਰੈਸ ਕਰੂੰਗੀ ਕਿ ਵੱਧ ਤੋਂ ਵੱਧ ਅਵਾਰਡ ਦੇਣ। ਮੈਂ ਕਹਿ ਹੀ ਸਕਦੀ ਹਾਂ, ਮੈਂ ਕਰਵਾ ਨਹੀਂ ਸਕਦੀ। ਸੈਂਟਰ ਦੇ ਵਿੱਚ ਜੋ ਮੈਂ ਕਰਵਾ ਸਕਦੀ ਸੀ ਮੈਨੇ ਕਰਵਾਇਆ, ਔਰ ਜੋ ਸੈਂਟਰ ਕਰ ਸਕਦਾ ਉਹ ਸੈਂਟਰ ਕਰੂਗਾ। ਬਿਲਕੁਲ ਦੇਣ ਨੂੰ ਤਿਆਰ ਹੈ, ਨਹੀਂ ਤਾਂ ਉਹਨਾਂ ਨੇ ਪ੍ਰੋਜੈਕਟ ਦਾ ਟੈਂਡਰ ਨਹੀਂ ਕੱਢਣਾ ਸੀ, ਉਹਨਾਂ ਨੇ ਪ੍ਰੋਜੈਕਟ ਨੂੰ ਪਾਸ ਨਹੀਂ ਕਰਨਾ। ਖੜੇ ਹੋ ਰਹੇ ਨੇ, ਤਾਂਹੀਓ ਤਾਂ ਗੱਲ ਹਲੇ ਹੈ ਟੈਂਡਰ। ਉਦੋਂ ਮੈਂ ਪਰਸੋਂ ਵੀ ਗੱਲ ਕੀਤੀ ਹੈ NHI ਦੇ ਨਾਲ, ਉਹਨਾਂ ਨੇ ਇਹ ਕਿਹਾ ਕਿ ਜਿੰਨੀ ਦੇਰ ਇਹ ਕਲੈਰਿਟੀ ਨਹੀਂ ਹੁੰਦੀ ਇਹ ਟੈਂਡਰ ਸਾਰਾ ਕੁਝ ਤਿਆਰ ਹੈ, ਇਹ ਟੈਂਡਰ ਖੋਲ੍ਹ ਨਹੀਂ ਸਕਦੇ। ਇਹ ਕੋਰਟ 'ਚ ਜਾਂਦੀ ਨਾ ਜੀ, ਜੇ ਪੰਜਾਬ ਸਰਕਾਰ ਗੰਭੀਰ ਹੁੰਦੀ ਤਾਂ ਇਹਨਾਂ ਨੂੰ ਕੋਰਟ 'ਚ ਜਾਣ ਦੀ ਲੋੜ ਨਹੀਂ ਸੀ। ਪੰਜਾਬ ਸਰਕਾਰ ਨੇ ਆਪਣਾ ਬਿਲਕੁਲ ਪੱਖ ਨਹੀਂ ਨਿਭਾਇਆ, ਤਾਂ ਹੀ 2 ਸਾਲ ਤੋਂ ਬਾਅਦ ਇਹ ਜਿਹੜਾ ਸੀਗਾ ਸੈਂਟਰ ਗੌਰਮੈਂਟ ਤੋਂ ਜਿਹੜਾ ਦੁਆਰ ਤੋਂ ਸੁਰਜੀਤ ਕਰਾਇਆ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪ੍ਰੋਜੈਕਟ। ਦੂਜੇ ਨੰਬਰ ਦੇ ਉੱਪਰ ਮੈਂ ਆਪ ਜੀ ਦੇ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ 2 ਸਾਲ ਤੋਂ ਬਾਅਦ ਇਹ ਲੋਕ ਜਾ ਕੇ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ ਨਵੀਂ ਰਿਸ਼ਤੇਦਾਰੀ ਬਣਾਈ ਹੈ ਅਤੇ ਨਵੀਆਂ ਗੱਲਾਂ ਕਰਨ ਲੱਗੇ ਆ, ਇਹਨਾਂ ਨੇ ਤਾਂ ਆਪਣਾ ਪੱਖ ਮਹਾਰਾਣੀ ਸਾਹਿਬ ਨੇ ਅਤੇ ਇਲਾਕਿਆਂ ਨਿਵਾਸੀਆਂ ਨੇ ਆਪਣਾ ਰੱਖਿਆ। 2 ਸਾਲ ਇਹਨਾਂ ਦੇ ਵਿੱਚੋਂ ਕਦੇ ਕਿਸੇ ਨੇ ਗੱਲ ਕੀਤੀ, ਕਦੇ ਕੋਈ ਕਿਸੇ ਨੂੰ ਮਿਲਿਆ, ਕਦੇ ਇਹਨਾਂ ਕੋਲ ਸਾਰੇ ਰਿਕਾਰਡ ਹੈ, ਚਿੱਠੀਆਂ। ਅਤੇ ਮੈਂ ਸਿਰਫ ਬੇਨਤੀ ਇੰਨੀ ਕਰਨਾ ਚਾਹੁੰਦਾ ਕਿ ਪਹਿਲਾਂ ਇਹ ਲੋਕ ਦੁਖੀ ਆ, ਇੰਤਕਾਲ ਇਹਨਾਂ ਦੇ ਪਹਿਲਾਂ ਚੜ ਗਏ, ਪ੍ਰੋਪਰਟੀ ਟ੍ਰਾਂਸਫਰ ਹੋ ਗਈ, ਪੈਸਾ ਇਹਨਾਂ ਨੂੰ ਮਿਲਿਆ ਨਹੀਂ, ਸੈਂਟਰ ਗੌਰਮੈਂਟ ਨੇ ਪ੍ਰੋਜੈਕਟ ਠੰਡੇ ਬਸਤੇ 'ਚ ਪਾਤਾ, ਉਹਨੂੰ ਕੰਪਲੀਟ ਕੀਤਾ। ਕਿਰਪਾ ਕਰਕੇ ਜਿਹੜੇ ਇਹਨਾਂ ਨੂੰ ਮਰਿਆਦਾ ਦੇ ਵਿੱਚ ਰਹਿ ਕੇ ਸਿਆਸਤ ਕਰਨੀ ਚਾਹੀਦੀ ਹੈ, ਨਾ ਕਿ ਜਿਹੜੇ ਲੋਕ ਪਹਿਲਾਂ ਹੀ ਜਿਹੜੇ 400
ਪਰਿਵਾਰ ਜਿਹੜੇ ਆ 10 ਝੇਲ ਰਹੇ ਆ ਇਸ ਜਿਹੜੀ ਸਰਕਾਰ ਦੀ ਨਲੈਕੀ ਦਾ, ਪੰਜਾਬ ਸਰਕਾਰ ਦੀ ਦਾ, ਉਸ ਦੇ ਖਿਲਾਫ ਜਿਹੜਾ ਹੈਗਾ ਲੋਕਾਂ ਨੂੰ। ਇਹ ਜਿਹੜਾ 4 ਲੇਨ ਨੌਰਦਰਨ ਬਾਈਪਾਸ ਦੀ ਗੱਲ ਹੋ ਰਹੀ ਹੈ, ਕੁਛ ਮਿਸ ਇਨਫੋਰਮੇਸ਼ਨ ਤੁਹਾਨੂੰ ਪਰਸੋਂ ਚੌਥੇ ਮਿਲੀ ਹੈ, ਉਹਦੇ ਮੈਂ ਕਲੈਰੀਫਿਕੇਸ਼ਨ ਅੱਜ ਕਰਨਾ ਚਾਹੁੰਦੀ ਹਾਂ। ਇਹ 24 ਪਿੰਡ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲਊਂਗੀ, ਉਹ ਤੁਹਾਨੂੰ ਰਿਟਨ 'ਚ ਦੇ ਦਾਂਗੇ। ਗਵਰਨਮੈਂਟ ਆਫ ਇੰਡੀਆ ਨੇ 3A ਨੋਟੀਫਿਕੇਸ਼ਨ 18/8/2021 ਨੂੰ ਕੀਤੀ ਸੀ ਕਿ ਸੈਂਟਰਲ ਗਵਰਨਮੈਂਟ ਤਿਆਰ ਹੈ, ਇਹ ਨੌਰਦਰਨ ਬਾਈਪਾਸ ਜ਼ਰੂਰੀ ਹੈ ਤਾਂ ਇਹ ਜ਼ਮੀਨ ਅਕਵਾਇਰ ਕਰਨ ਦੇ ਲਈ। 3/12/2021 ਨੂੰ 3D ਨੋਟੀਫਿਕੇਸ਼ਨ ਇਸ਼ੂ ਹੋਇਆ ਗਵਰਨਮੈਂਟ ਆਫ ਇੰਡੀਆ ਤੋਂ ਕਿ ਉਸਦੇ ਬਾਅਦ ਜਦ ਉਹਨਾਂ ਨੂੰ ਫਾਈਨੈਂਸ਼ੀਅਲ ਅਪਰੂਵਲ ਲੈਂਡ ਐਕੁਜ਼ੀਸ਼ਨ ਐਕਟ ਦੇ ਹੇਠਾਂ, ਕਮੇਟੀ ਦੇ ਹੇਠਾਂ ਉਹਨਾਂ ਨੂੰ ਮਿਲ ਗਿਆ। NHAI ਨੇ ਇਸ ਨੂੰ ਪਟਿਆਲੇ ਇੱਕ ਚਿੱਠੀ ਲਿਖੀ 3/11/2022 ਨੂੰ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਨੂੰ ਕਿ 50% ਜਿਹੜਾ ਐਕੁਜ਼ੀਸ਼ਨ ਦਾ ਖਰਚਾ ਹੋਏਗਾ ਉਹ ਪੰਜਾਬ ਗਵਰਨਮੈਂਟ ਦੇ ਖਾਤੇ ਪਏਗਾ NHAI ਦੀ ਗਾਈਡਲਾਈਨਸ ਦੇ ਮੁਤਾਬਕ। ਉਦੋਂ ਮੈਂ 10/11/22 ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਪਲੀਜ਼ ਇਹ ਜਲਦੀ ਕਰਾਓ ਕਿ ਇਹਦੀ ਅਸੀਂ ਐਕਸਪਰਡਾਈਟ ਕਰੀਏ ਕੰਮ। ਉਸ ਚਿੱਠੀ ਦਾ ਵੀ ਮੈਂ ਤੁਹਾਨੂੰ ਕਾਪੀ ਦੇ ਦੂੰਗੀ ਹੁਣੇ। ਜਵਾਬ ਮੈਨੂੰ ਆਇਆ ਨਹੀਂ। ਇਸ ਪ੍ਰੋਜੈਕਟ 2 ਸਾਲਾਂ ਲਈ ਇਹਨੂੰ ਲਟਕਾ ਕੇ ਰੱਖਿਆ ਕਿ ਪੰਜਾਬ ਗਵਰਨਮੈਂਟ ਨੇ ਕਿਉਂਕਿ ਆਪਣਾ ਅਪਰੂਵਲ ਨਹੀਂ ਦਿੱਤਾ। ਫਿਰ ਮੈਂ ਆਨਰੇਬਲ ਮਿਨਿਸਟਰ ਨਿਤਿਨ ਗਡਕਰੀ ਜੀ ਨੂੰ 3 ਵਾਰੀ ਮਿਲੀ ਤਾਂ ਉਹ ਇੱਥੋਂ ਦੇ ਜਿਹੜੇ ਰਿਪ੍ਰੈਜੈਂਟੇਟਿਵ ਸੀ ਇਹ ਸਾਰੇ ਨਾਲ ਲੈ ਕੇ ਗਏ। ਮਨਜੀਵ ਕਾਲੀਕਾਲ ਨੇ ਹੈਡ ਕੀਤਾ, ਸਾਰੇ ਜਿਹੜੇ ਸਾਡੇ ਨਾਲ ਗਏ ਸੀ ਗਡਕਰੀ ਜੀ ਦੇ ਉਹ ਇੱਥੇ ਖੜ੍ਹੇ ਨੇ। ਗਡਕਰੀ ਜੀ ਦਾ ਥੋੜ੍ਹਾ ਜਿਹਾ ਰੁਝੇਵਾਂ ਜ਼ਿਆਦਾ ਸੀ ਉਸ ਦਿਨ ਦਫ਼ਤਰ 'ਚ, ਉਹਨਾਂ ਨੇ ਬੁਲਾ ਕੇ ਆਪਣੇ ਸੈਕਟਰੀ ਨੂੰ ਸਮਝਾਇਆ। ਉਸ ਤੋਂ ਬਾਅਦ 2 ਦਿਨ ਬਾਅਦ ਫਿਰ ਮੈਂ ਉਹਨਾਂ ਦੇ ਘਰ ਗਈ ਜਿੱਥੇ ਸੈਕਟਰੀ ਬੁਲਾ ਕੇ ਸਾਰਾ ਕੰਮ ਕੀਤਾ। ਤਾਂ ਉਸ ਦੇ ਬਾਅਦ ਪੰਜਾਬ ਗਵਰਨਮੈਂਟ ਇਹ ਹਾਈਕੋਰਟ ਗਏ, ਹਾਈਕੋਰਟ ਨੇ ਹਦਾਇਤ ਦਿੱਤੀ ਕਿ ਇਹ ਪ੍ਰੋਜੈਕਟ ਹੋਣਾ ਚਾਹੀਦਾ, ਇਹਨਾਂ ਦੀ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ। ਉਹਦਾ ਇਸ ਜਨਵਰੀ ਦੇ ਵਿੱਚ ਇਹਨਾਂ ਨੇ ਅਪਰੂਵਲ ਕਰਾਈ ਔਰ 9/2/2024 ਨੂੰ ਰੈਵਨਿਊ ਅਫਸਰ ਨੂੰ ਇਹ ਅਨਾਊਂਸ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਅਨਾਊਂਸ ਕਰੋ ਅਵਾਰਡ ਕਿ ਕੀ ਦੇਣਾ ਹੈ। ਉਸ ਦੇ ਬਾਅਦ ਗਵਰਨਮੈਂਟ ਆਫ ਇੰਡੀਆ ਨੇ NHAI ਨੇ ਬਿਡਿੰਗ ਦੇ ਲਈ ਟੈਂਡਰ 7 ਮਾਰਚ ਨੂੰ ਕਰਾ ਲਿਆ ਔਰ 24 ਅਪ੍ਰੈਲ ਨੂੰ ਇਹਦਾ ਫਾਈਨਲ ਕਰਨਾ ਸੀ। ਸੋ ਇਹ ਅੱਜ ਤੱਕ ਦੀ ਸਥਿਤੀ ਹੈਗੀ ਹੈ। ਜਿਹੜੀ ਕੰਪਨਸੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈ, ਹਾਲੇ ਉਹ ਪੰਜਾਬ ਗਵਰਨਮੈਂਟ ਨੇ ਖੁੱਲ੍ਹ ਕੇ ਦੱਸਿਆ ਨਹੀਂ ਕਿ ਕਿੰਨਾ ਮਿਲੂਗਾ ਕਿੰਨਾ ਨਹੀਂ ਮਿਲੇਗਾ। ਉਹਦੇ ਬਾਅਦ ਹੀ ਸੈਂਟਰਲ ਗਵਰਨਮੈਂਟ ਕਰਨੀ ਜਾਊਗੀ। ਸੈਂਟਰਲ ਗਵਰਨਮੈਂਟ ਆਪਣਾ 50% ਹਿੱਸਾ ਦੇਣ ਨੂੰ ਪੂਰਾ ਤਿਆਰ ਹੈ, ਉਹ ਪਾਸ ਹੋ ਗਿਆ। ਸੋ ਇਹ ਸਥਿਤੀ ਜਿਹੜੀ ਹੈਗੀ ਹੈ ਇਹ ਹੈਗੀ ਹੈ ਨੌਰਦਰਨ ਬਾਈਪਾਸ ਦੀ। ਇਹ ਮੈਂ ਤੁਹਾਨੂੰ ਸਾਰੇ ਕਾਗਜ਼ ਪੱਤਰ, ਸਾਡੀਆਂ ਫੋਟੋਆਂ ਗਡਕਰੀ ਨੂੰ ਮਿਲਦੇ, ਜੋ ਭਗਵੰਤ ਮਾਨ ਜੀ ਨੂੰ ਲਿਖੀ ਚਿੱਠੀ, ਉਹ ਸਾਰਾ ਕੁਛ ਅੱਜ ਮੈਂ ਤੁਹਾਨੂੰ ਦੇਣਾ ਚਾਹੁੰਦੀ ਹੈ ਕਿ ਇਹ ਜਿਹੜੀ ਗਲਤ ਫਹਿਮੀ ਇਹਨਾਂ ਨੇ ਤੁਹਾਨੂੰ ਦਿੱਤੀ ਹੈ ਇਹ ਦੂਰ ਹੋਏ। ਮੈਂ ਇਹਨਾਂ ਨੇ ਆਖੀ ਕਿ ਤੁਸੀਂ ਜ਼ਰੂਰ ਗਡਕਰੀ ਕੋਲ ਲੈ ਕੇ ਗਏ ਸੀਗੇ,
ਲੇਕਿਨ ਉਹਨਾਂ ਨੇ ਇਹ ਕਿਹਾ ਸੀ ਕਿ ਇਸ ਨੂੰ ਪੰਜਾਬ ਦੀ ਸਕੀਮ ਤੋਂ ਅਸੀਂ ਬਾਹਰ ਕਰ ਦਿੰਦੇ ਹਾਂ ਕਿ ਪੂਰਾ 100% ਜਿਹੜਾ ਪੈਸਾ ਤੁਸੀਂ ਕਿਹਾ ਸੀ ਸਕੀਮ ਚੇਂਜ ਕਰਾ ਦਿੰਦੇ ਹਾਂ ਕਿ 100% ਪੈਸਾ ਜਿਹੜਾ ਉਹ ਕੇਂਦਰ ਦੇਵੇਗੀ, ਲੇਕਿਨ ਉਸ ਦੇ ਵਿੱਚ ਵੀ ਤੁਸੀਂ ਕਾਮਯਾਬ ਨਹੀਂ ਹੋਏ, ਜਿਸ ਦੇ ਕਰਕੇ ਉਹਨਾਂ ਨੇ ਹਾਈਕੋਰਟ ਦੇ ਵਿੱਚ ਇਹ ਪੂਰਾ ਮਸਲਾ ਜਿਹੜਾ ਉਹ ਲੈ ਕੇ ਗਏ ਸੀ। ਦੇਖੋ, ਮੇਰਾ ਕੰਮ ਹੈ ਲੋਕਾਂ ਦਾ ਜਾ ਕੇ ਉਹਨਾਂ ਦੀ ਪਲੀਡ ਕਰਨ ਲਈ, ਔਰ ਜੋ ਸਭ ਤੋਂ ਜ਼ਿਆਦਾ ਫਾਇਦਾ ਇਹਨਾਂ ਨੂੰ ਮਿਲ ਸਕਦਾ ਮੈਂ ਇਹਨਾਂ ਦੇ ਨਾਲ ਹੈ। ਪਰ ਇੱਕ ਮਿੰਟ, ਆ ਮਨਜੀਵ ਜੀ ਦੱਸਦੇ ਨੇ ਤੁਹਾਨੂੰ। ਹਾਂਜੀ, ਇੱਕ ਮਿੰਟ ਆਜੋ। ਹਾਂ, ਤਾਂ ਇਹ ਮੈਂ ਜ਼ਰੂਰ ਲੈ ਕੇ ਗਈ ਸੀ ਜਿਸ ਤਰ੍ਹਾਂ ਦੇ ਡਿਵੈਲਪਮੈਂਟ ਹੋਏ, ਕਿਉਂਕਿ ਇਹ ਪ੍ਰੋਜੈਕਟ ਡਰੋਪ ਵੀ ਹੋ ਗਿਆ ਸੀ, ਇਹਨੂੰ ਫਿਰ ਨਵੇਂ ਸਿਰੇ ਤੋਂ ਅਸੀਂ ਤਾਜ਼ਾ ਕੀਤਾ, ਤਾਂ ਉਹਦੇ ਬਾਅਦ ਇਹ ਡਿਵੈਲਪਮੈਂਟਸ ਹੋਈਆਂ ਨੇ। ਤੁਸੀਂ ਦੱਸੋ। ਹਾਂਜੀ, ਇਹ ਜਿਹੜਾ ਪੂਰਾ ਪ੍ਰੋਜੈਕਟ ਹੈ ਜੀ, ਜਿਹੜਾ ਬਾਈਪਾਸ ਦਾ ਫਾਡਾ 24 ਪਿੰਡਾਂ ਦਾ ਮਸਲਾ, ਜਾਲਾ ਪਿੰਡ ਤੋਂ ਲੈ ਕੇ ਸ਼ੁਰੂ ਹੁੰਦਾ ਜੀ, ਚਮਾਰ ਹੇੜੀ ਫਾਡਾ ਖਤਮ ਹੁੰਦਾ ਇੱਥੋਂ ਜਾ ਕੇ। ਇਹ ਜਿਹੜਾ ਸੀ ਸਾਡਾ 21 'ਚ ਪਾਸ ਹੋਇਆ ਸੀ, ਮਹਾਰਾਜਾ ਸਾਹਿਬ ਜਦੋਂ ਚੀਫ ਮਿਨਿਸਟਰ ਸੀ, ਉਹ ਤੋਂ ਬਾਅਦ ਕਿੱਥੇ ਆ ਕੇ ਰੁਕ ਗਿਆ 21 ਤੋਂ ਬਾਅਦ, ਜਦੋਂ ਚੰਨੀ ਸਰਕਾਰ ਬਣੀ ਸਾਡੇ, ਉਹਨਾਂ ਨੇ ਪੈਸੇ ਪਾਉਣੇ ਸੀ, ਜਿਹੜੀ ਐਕੁਜੇਸ਼ਨ ਸਾਡੀ ਜ਼ਮੀਨ ਕਰਨੀ ਹੈ ਜੀ ਇੱਥੇ ਇਹਨਾਂ ਨੇ, ਉਹਦੇ 'ਚ ਅੱਧਾ ਹਿੱਸਾ ਪੰਜਾਬ ਸਰਕਾਰ ਨੇ ਪਾਉਣਾ, ਠੀਕ ਹੈ ਜੀ, ਅੱਧਾ ਪਾਉਣਾ ਸੈਂਟਰ ਨੇ। ਜਿਹੜੀ ਬਣਨੀ ਹੈ ਉਹਦਾ ਸਾਰਾ ਟੈਂਡਰ ਕੱਲ੍ਹ ਖੁੱਲ੍ਹ ਗਿਆ ਜੀ, 764 ਕਰੋੜ ਦਾ, ਉਹ ਸੈਂਟਰ ਨੇ ਮਹਾਰਾਣੀ ਸਾਹਿਬਾਂ ਨੇ ਪਵਾ ਤਾ ਫਾਡਾ ਕੱਢ ਕੇ, ਜਦੋਂ ਕੱਲ੍ਹ 7-3 ਨੂੰ ਟੈਂਡਰ ਲੱਗ ਚੁੱਕਿਆ। ਇਹ ਡੇਟ ਹੈ, ਆਹ ਉਹਦੀ ਕਾਪੀ ਹੈ। ਹਾਂਜੀ ਹਾਂਜੀ, ਸਾਡੀ ਆਪਣੀ ਜ਼ਮੀਨ ਪੈਂਦੀ ਹੈ ਜੀ, ਸਾਰੇ ਕਿਸਾਨ ਅਸੀਂ ਭਾਈਚਾਰਾ ਖੜਾ, ਅਸੀਂ 24 ਪਿੰਡਾਂ ਦੇ 5-5 ਕਿਸਾਨ ਅਸੀਂ ਆਏ ਹਾਂ, ਸਾਡੀ ਇਹਨਾਂ ਨੇ ਬਾਂਹ ਫੜੀ ਉੱਥੇ, ਹੁਣ ਸਾਡੀ ਪੋਜੀਸ਼ਨ ਖੜੀ ਕਿੱਥੇ ਆ? ਹੁਣ ਸਾਡਾ ਪ੍ਰੋਗਰਾਮ ਇਹ ਹੈ ਜੀ, ਅਸੀਂ ਆਹ ਚਿੱਠੀ ਲਿਖੀ ਮਹਾਰਾਣੀ ਸਾਹਿਬਾਂ ਨੇ ਮਾਨ ਸਾਹਿਬ ਨੂੰ, CM ਸਾਹਿਬ ਨੂੰ, ਉਹ ਗਡਕਰੀ ਸਾਹਿਬ ਕਹਿੰਦੇ ਵੀ ਜਿਹੜਾ ਹਿੱਸਾ ਪਾਉਣਾ ਹੈ, ਅਵਾਰਡ ਬਣਾਉਣਾ ਹੁੰਦਾ ਪੰਜਾਬ ਸਰਕਾਰ ਨੇ, ਜਿਹੜੇ ਉਰੇ ਮੌਜੂਦਾ DRO ਨੇ, ਵੀ ਉਹ ਅਵਾਰਡ ਬਣਾਉਣਗੇ, ਉਹਦੇ 'ਚ ਅੱਧਾ ਹਿੱਸਾ ਪਾਉਣਾ ਪਊਗਾ ਜੀ ਇਹਨਾਂ ਨੂੰ, ਉਹ 528 ਕਰੋੜ ਦਾ ਜੀ, ਠੀਕ ਹੈ ਜੀ। ਉਹਨਾਂ ਨੇ ਆਪਦਾ ਤਾਂ ਕਰਤਾ ਉਹ ਫਾਡਾ ਆਹ 764 ਕਰੋੜ ਦਾ, ਉਹਦੇ ਵਿੱਚੋਂ ਅੱਧਾ ਹਿੱਸਾ ਪਾਉਣਾ ਸੈਂਟਰ ਨੇ, ਉਹ ਤਾਂ ਪਾਊਗੀ ਜਦੋਂ ਇਹ ਅਵਾਰਡ ਅਨਾਊਂਸ ਕਰ ਲੈਣਗੇ। ਇਹਨਾਂ ਨੇ ਅਵਾਰਡ ਨਹੀਂ ਅਨਾਊਂਸ ਕੀਤਾ, 2.5 ਸਾਲ ਹੋ ਗਏ ਜੀ। ਫਿਰ ਅਸੀਂ ਕੋਰਟ ਦਾ ਸਹਾਰਾ ਲਿਆ, ਅਸੀਂ ਕੋਰਟ 'ਚ ਗਏ ਜੀ ਕਿਸਾਨ, ਉਹ ਕੋਰਟ ਨੇ ਡਾਇਰੈਕਸ਼ਨ ਦਿੱਤੀ ਵੀ 2 ਮਹੀਨੇ ਦੇ ਵਿੱਚ ਇਹਨਾਂ ਨੇ 22 ਅਸੀਂ 22-1 ਨੂੰ ਆਰਡਰ ਕੀਤਾ, ਉਹ ਸਾਡੇ 22-2 ਨੂੰ ਇਹਨਾਂ ਨੇ ਰਿਸੀਟ ਕੀਤੀ ਹੈ ਜੀ ਉਰੇ DRO ਸਾਹਿਬ ਨੇ, ਉਹਦੇ 2 ਮਹੀਨੇ ਸਾਡੇ 22-4 ਨੂੰ ਪੂਰੇ ਹੋ ਗਏ ਪਰਸੋਂ ਵੀ ਅਵਾਰਡ। ਇੱਕ ਮਿੰਟ, ਅਸੀਂ ਉੱਥੇ ਗਏ ਜੀ DC ਸਾਹਿਬ ਕੋਲ ਵੀ ਗਏ ਵੀ ਸਾਡਾ ਅਨਾਊਂਸ ਕਰੋ ਜੋ ਸਾਡੀਆਂ ਜ਼ਮੀਨਾਂ ਨੇ, ਕਿਉਂਕਿ ਜਿਹੜਾ ਇਹ ਬਾਈਪਾਸ ਬਣ ਰਿਹਾ ਜੀ, ਇਹ ਸਾਰਾ 5 ਕਿਲੋਮੀਟਰ ਕਾਰਪੋਰੇਸ਼ਨ ਤੋਂ ਏਰੀਆ ਸਾਡੇ ਪਿੰਡਾਂ ਦਾ, ਜਾਲਾ, ਕਲਿਆਣ, ਬੀਬੀਪੁਰ, ਸਿੱਧੂਵਾਲ, ਜਿੱਥੇ ਆਪਾਂ ਬੈਠੇ ਹਾਂ ਅੱਜ, ਜੱਸੋਵਾਲ ਪਿੰਡ 'ਚ, ਇਹ ਸਾਰੇ ਪਿੰਡਾਂ ਦੀ ਜ਼ਮੀਨ ਅੱਗੇ ਲੰਘ ਲਚਕਾਣੀ ਬਾਹਰ ਨੂੰ ਹੁੰਦਾ ਹੋਇਆ, ਛੋਟੀ ਦੌਣ, ਵੱਡੀ ਦੌਣ, ਚਮਾਰ ਹੇੜੀ ਜਾ ਕੇ ਚੜ੍ਹਨਾ ਜੀ। ਦੇਖੋ ਜੀ, ਅਸੀਂ ਜੋ ਸੱਚਾਈ ਹੈ ਐਜ ਏ ਕਿਸਾਨ, ਅਸੀਂ ਸਾਡੀਆਂ ਜ਼ਮੀਨਾਂ ਆਪਣੀਆਂ ਆਈਆਂ ਹੋਈਆਂ ਨੇ, ਅਸੀਂ ਸਾਡੀ 3 ਸਾਲ ਪਹਿਲਾਂ NHI ਦੇ ਜ਼ਮੀਨ ਚੜ੍ਹ, ਜਦੋਂ 3D ਹੋ ਜਾਂਦਾ ਹੈ, ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ, 21 'ਚ ਹੋ ਗਿਆ ਸੀ ਵੀ ਉਹ ਤੋਂ ਬਾਅਦ ਇਹ ਕੈਂਸਲ ਨਹੀਂ ਹੋ ਸਕਦਾ, ਉਹ ਤੋਂ ਕੈਂਸਲ ਨਹੀਂ ਹੋ ਸਕਦਾ। ਨਹੀਂ ਉਹਦਾ ਸਰ ਅਸੀਂ ਦੱਸ ਰਹੇ ਹਾਂ, ਦੇਖੋ ਅਵਾਰਡ ਅਨਾਊਂਸ ਕਰਨਗੇ ਇਹ, ਸਾਨੂੰ ਤਾਂ ਹੀ ਪਤਾ ਲੱਗੂਗਾ, ਕਾਪੀ ਦੇਣਗੇ, ਅਸੀਂ DC ਸਾਹਿਬ ਕੋਲ ਵੀ ਜਾ ਕੇ ਆਏ ਹਾਂ, ਅਰਜ਼ੀ ਕਰਕੇ ਆਏ ਹਾਂ, ਅਸੀਂ ਇਹ ਕਹਿੰਦੇ ਹਾਂ ਵੀ
ਸਾਰੀ 5 ਕਿਲੋਮੀਟਰ ਦੇ ਏਰੀਆ ਚ ਨੇ 24 ਦੇ 24 ਜ਼ਮੀਨ ਦਾ ਰੇਟ ਪਹਿਲਾਂ ਜਦੋਂ ਸੀਗਾ ਉਹ ਕੀ ਤੈਅ ਸੀਗਾ ਤੇ ਹੁਣ ਕੀ ਰੇਟ ਹੈ? ਰੇਟ ਅਜੇ ਤੱਕ ਤੁਸੀਂ ਕੀ ਕਰਦੇ ਹੋ ਜੀ? ਰੇਟ ਕਿਸੇ ਨੇ 2.5 ਸਾਲ ਚ, ਦੇਖੋ ਜਿਹੜੀ ਸਰਕਾਰ ਉਹ ਤੋਂ ਪਹਿਲਾਂ ਚੰਨੀ ਸਰਕਾਰ ਸੀ ਉਹਨਾਂ ਨੇ ਤੈਅ ਕਰਨਾ ਸੀ 6 ਮਹੀਨੇ, ਸਾਡੇ ਅਕਾਊਂਟ ਨੰਬਰ ਲੈ ਲਏ ਸੀ ਉਦੋਂ ਕਿਉਂਕਿ MOU ਸਾਈਨ ਹੁੰਦਾ ਉਹ ਜਦੋਂ ਇਹ ਪਾਸ ਹੋਈ ਸੀ ਬੱਸ ਸਟੈਂਡ ਦੇ ਬਿਲਕੁਲ ਨਾਲ ਹੋਈ ਸੀ, ਮਹਾਰਾਜ ਸਾਹਿਬ ਦੇ MOU ਤੇ ਸਾਈਨ ਹੋਏ ਤਾਂ ਇਹ ਸਾਰਾ ਸਾਡੀਆਂ ਜ਼ਮੀਨਾਂ ਦੇ ਸਾਡੇ ਉਹਨਾਂ ਨੂੰ ਬੁਲਾਇਆ ਸਾਰੇ ਇੰਤਕਾਲ ਚੜ੍ਹੇ NHAI ਦੇ, ਅਸੀਂ ਆਪਣਾ ਪੱਖ ਰੱਖਿਆ ਕਿਉਂਕਿ ਸਾਡੀ ਜਿਹੜੀ ਦੇਖੋ ਜ਼ਮੀਨ ਹੈ ਸਾਡੇ ਸੈਂਟਰ 'ਚ ਨੂੰ ਜਾ ਰਿਹਾ ਜੀ, ਜ਼ਮੀਨ ਜੱਟ ਦੀ ਮਾਂ ਹੁੰਦੀ ਆ, ਅਸੀਂ ਹੁਣ ਮੇਰੇ ਆਪਣੇ 75 ਵਿਘੇ ਦੇ 'ਚ ਨੂੰ ਜਾ ਰਿਹਾ, ਮੇਰੇ 20-4 ਕਿੱਲੇ ਆ ਰਹੇ ਨੇ, ਮੇਰੇ ਤਾਂ 2 ਹਿੱਸੇ ਹੋ ਗਏ ਹੁਣ ਦੌਣ ਤੋਂ ਪਰਮਿੰਦਰ ਸਿੰਘ ਜੀ ਨੇ, ਆ ਸਾਡੇ ਛੋਟੀ ਦੌਣ ਤੋਂ ਸੁਰਜੀਤ ਸਿੰਘ ਜੀ ਨੇ, ਹੁਣ ਉਹ ਸਾਰਿਆਂ ਦੇ ਵਿਚਾਲੇ ਜਾਣਾ, ਕੱਲ੍ਹ ਨੂੰ ਸਾਡੀ ਮੋਟਰ ਉੱਧਰ ਰਹੇਗੀ, 3 ਮੋਟਰਾਂ ਲੱਗੀਆਂ ਹੋਈਆਂ, 2 ਅਸੀਂ ਦੂਜੇ ਪਾਸੇ ਪਾਣੀ ਕਿਵੇਂ ਲੈ ਕੇ ਜਾਵਾਂਗੇ? ਅਸੀਂ ਚਲੋ ਠੀਕ ਹੈ, ਸਮੇਂ ਦੀ ਮੰਗ ਹੈ ਵੀ ਰਿੰਗ ਰੋਡ ਸਾਰੇ ਸ਼ਹਿਰਾਂ 'ਚ ਬਣੇ ਆ, ਅਸੀਂ ਜ਼ਮੀਨ ਦਾ ਇਹਨਾਂ ਨੂੰ ਸਾਰੇ ਬੰਦਿਆਂ ਨੇ ਸਹਿਮਤੀ ਨਾਲ ਕਿਹਾ ਵੀ ਸਾਨੂੰ ਪਰ ਰੇਟ ਤਾਂ ਪੂਰਾ ਮਿਲੇ, ਰੇਟ ਦਾ ਸਾਨੂੰ ਦੱਸਣਗੇ ਤਾਂ ਹੀ ਆ, ਉਹ ਤਾਂ ਪੰਜਾਬ ਸਰਕਾਰ ਨੇ ਕਰਨਾ ਨਾ ਜੀ, ਉਹ ਚ ਮਹਾਰਾਣੀ ਸਾਹਿਬ ਕਿਸਾਨਾਂ ਦਾ ਇਹ ਕਹਿਣਾ ਸੀ 2016 ਦੇ ਵਿੱਚ ਜਦੋਂ ਇਹ ਰੇਟ ਤੈਅ ਹੋਏ ਸੀ ਤਾਂ ਉਸਦਾ ਬੇਸਿਕ ਰੇਟ ਜਿਹੜਾ ਰੇਟ ਸੀਗਾ ਉਹ 45 ਲੱਖ ਦੇ ਕਰੀਬ ਸੀਗਾ, ਉਹਦੇ ਤੱਕ ਗੁਣਾ 3 ਕਰਦੇ ਨੇ ਕਲੈਕਟਰ ਰੇਟ ਨੂੰ, ਉਹਦੇ 'ਚ 66 ਰੇਟ ਵੀ ਪੈ ਜਾਂਦਾ, ਉਹਦੇ 'ਚ ਉਹ ਸਰਕਾਰ ਨੇ ਪਾਉਣਾ ਹੁੰਦਾ, DRO ਸਾਹਿਬ ਕੋਲ ਪਾਵਰ ਹੈ ਜੀ ਉਹਦੀ ਪਾਉਣ ਦੀ, ਜੋ ਵੀ ਇਹ ਬਿਲਕੁਲ ਐਨ ਸੱਚਾਈ, ਅਸੀਂ ਕੋਈ ਉਹ ਨਹੀਂ ਕਹਿ ਰਹੇ ਕਿਉਂਕਿ ਸਾਡੀ ਤਾਂ ਜ਼ਮੀਨ ਜਾ ਰਹੀ ਆ, ਅਸੀਂ ਪ੍ਰੋਪਰ ਕਿਸਾਨ ਬੈਠੇ ਹਾਂ ਜਿਹਨਾਂ ਦੀ ਜ਼ਮੀਨ ਆਈ ਹੋਈ ਆ ਪਿੰਡ 'ਚ, ਜਿੰਨੇ ਪਰਿਵਾਰਾਂ ਦੀ ਅਸੀਂ ਉਹ ਪਰਿਵਾਰ ਅੱਜ ਇੱਥੇ ਆਏ ਹਾਂ, ਅਤੇ ਬਾਕੀ ਜੋ ਵੀ ਤੁਸੀਂ ਕੁਐਸਚਨ ਕਰ ਰਹੇ ਹੋ ਅਸੀਂ ਉਹਦਾ ਬਿਲਕੁਲ ਸਹੀ ਜਵਾਬ ਦੇਵਾਂਗੇ, ਕਿਉਂਕਿ ਸਾਡਾ ਤਾਂ ਬਣਿਆ ਹੀ ਨਹੀਂ ਅਵਾਰਡ, ਜੇ ਅਵਾਰਡ ਬਣੂਗਾ ਜੀ ਫਿਰ ਹੀ ਉਹ ਪੈਸੇ ਸਾਨੂੰ ਅੱਧੇ ਸੈਂਟਰ ਪਾਊਗਾ ਜੀ, ਜਿਹੜਾ ਸੈਂਟਰ ਦਾ ਕੰਮ ਸੀਗਾ ਜੀ ਉਹ